ਕੈਨੇਡਾ ਸਟੱਡੀ ਵੀਜ਼ਾ ਦੀ ਗੱਲ ਕਰਾਂਗੇ ਜੀ ਸੋ ਜਿਹੜੇ ਸਟੂਡੈਂਟਸ ਕਹ ਰਹੇ ਨੇ ਕਿ ਅਸੀਂ ਜਨਵਰੀ ਇਨਟੇਕ ਲਈ ਅਪਲਾਈ ਤਾਂ ਕਰਨਾ ਚਾ ਰਹੇ ਸੀ ਪਰ ਸਾਨੂੰ ਸਾਡਾ ਮਨਪਸੰਦਿਆਂ ਸਾਡਾ ਪ੍ਰੋਪਰ ਉਸ ਤਰ੍ਹਾਂ ਦੇ ਸਬਜੈਕਟਸ ਨਹੀਂ ਮਿਲ ਪਾ ਰਹੇ ਨੇ ਅਸੀਂ ਹੁਣ ਕੀ ਕੀ ਕਰੀਏ ਕੀ ਸਾਨੂੰ ਅਗਲੇ ਉਸ ਤੋਂ ਬਾਅਦ ਮਈ ਇਨਟੇਕ ਤੇ ਫੋਕਸ ਕਰ ਲੈਣਾ ਚਾਹੀਦਾ ਹੈ ਕੀ ਹਲੇ ਅਵੇਲੇਬਿਲਿਟੀ ਹੈ ਸੋ ਕਈ ਤਰ੍ਹਾਂ ਦੀ ਉਲਝਣਾ ਹੁੰਦੀਆਂ ਨੇ ਸਟੂਡੈਂਟਸ ਦੀਆਂ ਜਦੋਂ ਅਪਲਾਈ ਕਰਨ ਬਾਰੇ ਸੋਚਦੇ ਨੇ ਤੇ ਅਸੀਂ ਇਹ ਇਨਾ ਵੀਡੀਓਜ਼ ਦੇ ਜ਼ਰੀਏ ਹਮੇਸ਼ਾ ਕੋਸ਼ਿਸ਼ ਕਰਦਿਆਂ ਸਟੂਡੈਂਟਸ ਦੇ ਡਾਊਟਸ ਦੀ ਕਲੈਰਿਟੀ ਉਹਨਾਂ ਨੂੰ ਮਿਲ ਸਕੇ ਜਿਸ ਵੀ ਇਨ ਕਿਵੇਂ ਤੁਸੀਂ ਫਾਇਦਾ ਲੈ ਸਕਦੇ ਹੋ ਕਿਵੇਂ ਰਾਈਟ ਪ੍ਰੋਸੈਸ ਦੇ ਨਾਲ ਤੁਸੀਂ ਅੱਗੇ ਵਧਣਾ ਸੋ ਕਿਸ ਤਰ੍ਹਾਂ ਦਾ ਵੀਜ਼ਾ ਟ੍ਰੈਂਡ ਹੈ ਉਹੀ ਵੀ ਗੱਲ ਆਪਾਂ ਜ਼ਰੂਰ ਕਰਾਂਗੇ ਕਿੰਨੇ ਟਾਈਮ ਚ ਆਫਰ ਲੈਟਰ ਆ ਰਹੀ ਹੈ ਔਰ ਕਿਵੇਂ ਤੁਸੀਂ ਸਹੀ ਮੈਚ ਕਰਦੇ ਹੋਏ ਆਪਣੀ ਪ੍ਰੋਫਾਈਲ ਦੇ ਉੱਪਰ ਕੰਮ ਕਰਨਾ ਹੈ ਸਵਾਗਤ ਹੈ ਜੀ ਸਾਰਿਆਂ ਦਾ ਮੈਂ ਹਾਂ ਹਰਜੋਤ ਕੌਰ ਔਰ ਕੈਨੇਡਾ ਸਟੱਡੀ ਵੀਜ਼ਾ ਨੂੰ ਲੈ ਕੇ ਅੱਜ ਖਾਸ ਗੱਲਾਂ ਖਾਸ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਨੇ ਨੈਵੀਗੇਟਰਸ ਓਵਰਸੀਸ ਸੋ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੋਲ ਮੈਮ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਮੈਮ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੋ ਹਰ ਵਾਰ ਦੀ ਤਰ੍ਹਾਂ ਅੱਜ ਵੀ ਮੈਮ ਤੁਹਾਡੇ ਨਾਲ ਢੇਰ ਸਾਰੀਆਂ ਗੱਲਾਂ ਔਰ ਢੇਰ ਸਾਰੀ ਜਾਣਕਾਰੀ ਸਾਂਝੀ ਕਰਨ ਵਾਲੇ ਨੇ ਸੋ ਸਟੂਡੈਂਟਸ ਨੇ ਵੀਡੀਓ ਧਿਆਨ ਨਾਲ ਸੁਣਨੀ ਅਤੇ ਵੇਖਣੀ ਹੈ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਜ਼ਰੂਰ ਇਹ ਵੀਡੀਓ ਸ਼ੇਅਰ ਕਰਨਾ ਤੁਸੀਂ ਜਿਹੜੇ ਅਪਲਾਈ ਕਰਨ ਬਾਰੇ ਸੋਚ ਰਹੇ ਨੇ ਤਾਂ ਕਿ ਉਹ ਵੀ ਸਹੀ ਪ੍ਰੋਸੈਸ ਦੇ ਨਾਲ ਅੱਗੇ ਵਧ ਸਕਣ ਕਿਉਂਕਿ ਮੈਮ ਦਾ ਤਕਰੀਬਨ 26-27 ਸਾਲਾਂ ਦਾ ਐਕਸਪੀਰੀਅੰਸ ਹੈ ਇਨ ਆ ਵੀਡੀਓਜ਼ ਵਿੱਚ ਜਿਹੜੀਆਂ ਵੀ ਗੱਲਾਂ ਮੈਮ ਤੁਹਾਡੇ ਨਾਲ ਸਾਂਝੀਆਂ ਕਰਦੇ ਨੇ ਉਹ ਬਹੁਤ ਹੀ ਜ਼ਿਆਦਾ ਖਾਸ ਨੇ ਉਹਨਾਂ ਸਟੂਡੈਂਟਸ ਲਈ ਜੋ ਆਪਣਾ ਫਿਊਚਰ ਜੋ ਹੈ ਅਬ੍ਰਾਡ ਵਿੱਚ ਦੇਖਦੇ ਨੇ ਸੋ ਮੈਮ ਅੱਜ ਆਪ ਅੰਡਾ ਦੀ ਗੱਲ ਕਰ ਰਹੇ ਆ ਆਪਾਂ ਉਹਨਾਂ ਸਟੂਡੈਂਟਸ ਦੀ ਗੱਲ ਕਰ ਰਹੇ ਆ ਜਿਨ੍ਹਾਂ ਨੂੰ ਆਪਣੀ ਪ੍ਰੋਫਾਈਲ ਦੇ ਅਕੋਰਡਿੰਗਲੀ ਸਹੀ ਮੈਚ ਨਹੀਂ ਕੋਰਸੇ ਆ ਮਿਲ ਪਾਰਿਆ ਤੇ ਉਹਨਾਂ ਨੂੰ ਤੁਸੀਂ ਕੀ ਸੁਜੈਸਟ ਕਰੋਗੇ ਕੋਰਸ ਨੂੰ ਪ੍ਰਾਇਰੀਟੀ ਦੇਣੀ ਚਾਹੀਦੀ ਹੈ ਜਾਂ ਫਿਰ ਇਨਟੇਕ ਨੂੰ ਦੇਖਦੇ ਇਨਟੇਕ ਨੂੰ ਪ੍ਰਾਇਰੀਟੀ ਦੇਣੀ ਚਾਹੀਦੀ ਕਿਉਂਕਿ ਇਹ ਸਵਾਲ ਸਾਡੇ ਕੋਲ ਅਕਸਰ ਸਟੂਡੈਂਟਸ ਆ ਰਹਿੰਦਾ ਹੈ ਦੇਖੋ ਇਹ ਪੜਿਆ ਇੱਕ ਪਰਸਨਲ ਜਾਂ ਮਾਮਲਾ ਹੈ ਜੀ ਜੇ ਤੁਸੀਂ ਕੋਰਸ ਨੂੰ ਪ੍ਰਾਇੋਰਟੀ ਦੋਗੇ ਤੇ ਇਨਟੇਕ ਨੂੰ ਪ੍ਰਾਇੋਰਟੀ ਨਹੀਂ ਦੇ ਸਕਦੇ ਔਰ ਮੈਂ ਕਹੰਨੀ ਆ ਕਿ ਜੇ ਤੁਹਾਡੀ ਦਿੱਲੀ ਇਛਾ ਹੈ ਕਿ ਤੁਸੀਂ ਇੱਕ ਪਾਰਟिकुलर ਕੋਰਸ ਕਰਨਾ ਹੈ ਤੇ ਮੈਂ ਤਾਂ ਕਹੰਨੀ ਆ ਕਿ ਜਿਹੜਾ ਇੱਕ ਬ੍ਰਾਈਟ ਸਟੂਡੈਂਟ ਹੈ ਦੇ ਹੈਵ ਟੂ ਯੂ نو ਵੇਟ ਫਾਰ ਦਾ ਇਨਟੇਕ ਉਹਨਾਂ ਨੂੰ ਉਸ ਜਿਹੜਾ ਆਪਣਾ ਇੱਕ ਪਸੰਦੀਦਾ ਕੋਰਸ ਹੈ ਜੇ ਕਦੇ ਵੀ ਦੇਖੋ ਕੈਨੇਡਾ ਦਾ ਜਾਂ ਤੁਸੀਂ ਬਿਹੇਵੀਅਰ ਦੇਖੋਗੇ ਕੋਈ ਵੀ ਯੂਨੀਵਰਸਿਟੀ ਦਾ ਜਾਂ ਐਮਬੈਸੀ ਦਾ ਕਿ ਜੇ ਬਹੁਤ ਅੱਛਾ ਕੋਰਸ ਹੈ ਉਹਦਾ ਵੀਜ਼ਾ ਰਿਫਿਊਜ਼ਲ ਦੇ ਚਾਂਸਸ ਨਾਲ ਦੇ ਬਰਾਬਰ ਹੁੰਦੇ ਆ ਰਾਈਟ ਉਹ ਕੋਰਸ ਅਵੇਲੇਬਿਲਟੀ ਹੀ ਬਹੁਤ ਘੱਟ ਹੁੰਦੀ ਆ ਬਟ ਜੇ ਕੋਰਸ ਅੱਛਾ ਨਹੀਂ ਹੈ ਜਾਂ ਡੋਜ਼ਨਟ ਮੈਟਰ ਉਹ ਹੁੰਦਾ ਕਿ ਐਮਬੈਸੀ ਕਿੰਨਾ ਵੀਜ਼ਾ ਦੇ ਰਹੀ ਆ ਜੇ ਤੁਸੀਂ ਕੰਪਰੋਮਾਈਜ਼ ਕਰ ਰਹੇ ਹੋ ਇਫ ਯੂ ਵਾਂਟ ਟੂ ਗੋ 온 ਜਸਟ ਨਾਓ ਤੁਸੀਂ ਹੁਣ ਜਾਣਾ ਚਾਹੁੰਦੇ ਹੋ ਇੱਕਦਮ ਤੋਂ ਹੀ ਤੇ ਜਿਹੜਾ ਕੋਰਸ ਮਿਲ ਰਿਹਾ ਬਟ ਉਹ ਮੈਚਿੰਗ ਹੋਏ ਇਹ ਨਾ ਹੋਏ ਕਿ ਤੁਸੀਂ ਕੀਤਾ ਨਾਨ ਮੈਡੀਕਲ ਔਰ ਇੱਕਦਮ ਤੋਂ ਕੋਈ ਹੋਰ ਕੋਰਸ ਲੈ ਲਿਆ ਬਿਜ਼ਨਸ ਦਾ ਤੇ ਉਹ ਮੈਚ ਕਿੱਦਰੇ ਆਪਸ ਚ ਨਹੀਂ ਹੋਏਗਾ ਆਲਥੋ ਇਹ ਕੋਰਸ ਕਿੱਦਰੇ ਨਾ ਕਿੱਦਰੇ ਨਾਨ ਮੈਡੀਕਲ ਵਾਲਾ ਬੱਚਾ ਕਹਿ ਸਕਦਾ ਹੈ ਕਿ ਮੈਨੂੰ ਬਿਜ਼ਨਸ ਚ ਇੰਟਰਸਟ ਸੀਗਾ ਬਟ ਸਮ ਹਾਉ ਕਿ ਬਿਲਕੁਲ ਮਿਸਮੈਚ ਵਾਲੇ ਕੋਰਸ ਨਾ ਲਓ ਤੁਸੀਂ ਕੈਨੇਡਾ ਦਾ ਹਮੇਸ਼ਾ ਫੋਕਸ ਰਹਿ ਕੇ ਕੋਰਸ ਮੈਚ ਇੰਗਲਿਸ਼ ਦਾ ਕ੍ਰਾਈਟੇਰੀਆ ਤੁਹਾਡਾ ਪੂਰਾ ਹੋਣਾ ਚਾਹੀਦਾ ਜਿੱਦਾਂ 6 ਬੈਂਡ ਓਵਰ ਆਲ ਨਾਟ ਲੈਸ ਦਨ ਦਾ ਕੋਈ ਚੱਕਰ ਨਹੀਂ ਹੁਣ ਪੀਟੀ 60 ਸਕੋਰ ਨਾਟ ਲੈਸ ਦਨ ਦਾ ਕੋਈ ਚੱਕਰ ਨਹੀਂ ਆ ਤੇ ਇਹ ਜੇ ਤੁਸੀਂ ਚੀਜ਼ਾਂ ਪੂਰੀ ਕਰੋਗੇ ਤੇ ਯੂ ਵਿਲ ਬੀ ਸਕਸੈਸਫੁਲ ਫਾਰ ਥੈਟ ਇਨਟੇਕ ਦੇ ਉੱਪਰ ਕਦੇ ਜਿਹੜੇ ਬੱਚੇ ਦੀ ਬਹੁਤ ਚਾਹਵਾਨ ਹੈ ਇੱਕ ਪਾਰਟਿਕੂਲਰ ਕੋਰਸ ਤੇ ਉਹ ਇਨਟੇਕ ਦੇ ਉੱਪਰ ਨਾ ਜਾਣ ਉਹ ਕੋਰਸ ਦੇ ਉੱਪਰ ਹੀ ਜਾਣ ਐਂਡ ਜਿਹੜਾ ਇਨਟੇਕ ਹੁਣ ਮੇ ਥੋੜੀ ਸਿਟ ਹੈ ਉਹਦੇ ਵਾਸਤੇ 4 ਨਵੰਬਰ ਨੂੰ ਸਾਡੇ ਆਫਿਸ 'ਚ ਸੈਮੀਨਾਰ ਹੈ ਓਕੇ ਕਾਫੀ ਸਾਰੇ ਕੈਨੇਡੀਅਨ ਰੈਪਸ ਆ ਰਹੇ ਆ ਉਹਨਾਂ ਦੀ ਸੀਟ ਅਵੇਲੇਬਿਲਟੀ ਦੀ ਜਿਹੜੀ ਆ ਤੁਸੀਂ ਆਪ ਦੇ ਸਕਦੇ ਹੋ ਦੇਖ ਸਕਦੇ ਹੋ ਈਵਨ ਯੂਨੀਵਰਸਿਟੀਆਂ ਵੀ ਆ ਰਹੀ ਹੈ ਔਰ ਯੂਨੀਵਰਸਿਟੀਆਂ 'ਚ ਪੜਾਈ 'ਚ ਬੱਚਿਆਂ ਨੂੰ ਸਕਾਲਰਸ਼ਿਪ ਕਾਫੀ ਜ਼ਿਆਦਾ ਮਿਲ ਜਾਂਦੀ ਹੈ ਉਹ ਵੀ ਸਟੂਡੈਂਟਸ ਜਿਹੜਾ ਹੈ ਜਿਹੜੇ ਵੀ ਬੱਚੇ ਕੈਨੇਡਾ ਜਾਣ ਦੇ ਚਾਹਵਾਨ ਹੈ 4th ਨਵੰਬਰ ਨੂੰ ਉਹ ਜ਼ਰੂਰ ਆਣਾ ਆਫਿਸ ਦੇ ਵਿੱਚ ਇਨਫੋਰਮੇਸ਼ਨ ਲੈਣ ਵਾਸਤੇ ਔਰ ਅਵੇਲੇਬਿਲਟੀ ਮੇਅ ਔਰ ਸੈਪਟੈਂਬਰ ਦੀ ਹੈ ਇਸ ਟਾਈਮ ਬਟ ਜਿਹੜਾ ਬੱਚਾ ਚਾਹੁੰਦਾ ਹੈ ਕਿ ਮੈਨੂੰ ਕੋਈ ਸਿੰਗਲ ਪਰਸੈਂਟ ਲਾਸ ਨਹੀਂ ਲੈਣਾ ਉਹਨਾਂ ਦੇ ਵਾਸਤੇ ਵੀ ਆਪਸ਼ਨ ਬਹੁਤ ਜ਼ਿਆਦਾ ਹੈ ਉਹ ਫੈਬ ਮਾਰਚ ਦਾ ਜਿਹੜਾ ਆਪਣਾ ਆਪਟ ਕਰ ਸਕਦੇ ਆ ਕਿਉਂਕਿ ਕੁਝ ਕਾਲਜੇਜ਼ ਆ ਜਿਨ੍ਹਾਂ ਦੇ ਆਪਸ ਚ ਮਿਊਚੁਅਲ ਟਾਈ ਅਪ ਹੈ ਯੂਨੀਵਰਸਿਟੀ ਇਸ ਦਾ ਨਾ ਇੱਕ ਸਾਲ ਤੁਸੀਂ ਅ ਪਰਟੀਕੂਲਰ ਕਾਲਜ ਕਰਕੇ 2 ਸਾਲ ਤੁਸੀਂ ਯੂਨੀਵਰਸਿਟੀ ਚ ਟ੍ਰਾਂਸਫਰ ਲੈ ਲਿਆ ਜਾਂ ਫਿਰ ਤੁਸੀਂ 2 ਸਾਲ ਅੱਧਰ ਕਰਕੇ 1 ਸਾਲ ਯੂਨੀਵਰਸਿਟੀ ਚ ਟ੍ਰਾਂਸਫਰ ਲੈ ਲਿਆ ਇਦਾਂ ਦੇ ਵੀ ਅਰੇਂਜਮੈਂਟਸ ਆ ਉਹ ਵੀ ਬਹੁਤ ਅੱچھے ਅਰੇਂਜਮੈਂਟ ਜੀ 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 ਠੀਕ ਹੈ ਬਿਲਕੁਲ ਸੋ ਮੈਮ ਅਗਰ ਆਪਾਂ ਜਿਵੇਂ ਤੁਸੀਂ ਕਹੇ ਕਿ ਮਈ ਔਰ ਸੈਪਟੈਂਬਰ ਇਨਟੇਕ ਤੇ ਹੁਣ ਸਟੂਡੈਂਟ ਫੋਕਸ ਕਰ ਸਕਦਾ ਹੈ ਯਾਨੀ ਆਪਾਂ ਹੁਣ ਕੀ ਕਹਿ ਸਕਦੇ ਆ ਕਿ ਜਨੂਅਰੀ ਇਨਟੇਕ ਬਿਲਕੁਲ ਫੁੱਲ ਹੋ ਚੁੱਕਿਆ ਹੈ ਹੁਣ ਗੁੰਜਾਇਸ਼ ਨਜ਼ਰ ਨਹੀਂ ਆ ਰਹੀ ਜਨੂਅਰੀ ਇਨਟੇਕ ਲਈ ਜਨੂਅਰੀ ਇਨਟੇਕ ਉਸਤ ਬਹੁਤ ਮੁਸ਼ਕਲ ਹੈ ਉਹਨਾਂ ਬਿਲਕੁਲ ਅਕਤੂਬਰ ਲਾਸਟ ਬੈਠੇ ਆ ਜੀ ਐਂਡ ਨਾਟ ਪੋਸੀਬਲ ਠੀਕ ਹੈ ਬਿਲਕੁਲ ਸੋ ਸਟੂਡੈਂਟਸ ਦੇਖੋ ਤੁਸੀਂ ਸਮਝ ਸਕਦੇ ਹੋ ਕਿ ਜਨੂਅਰੀ ਇਨਟੇਕ ਹੋਣੇ ਤੋਂ ਹੀ ਆਲਮੋਸਟ ਫੁੱਲ ਹੋ ਗਿਆ ਹੈ ਤਾਂ ਮਈ ਇਨਟੇਕ ਦੇ ਲਈ ਸਟੂਡੈਂਟਸ ਅਪਲਾਈ ਕਰ ਰਹੇ ਨੇ ਹਲੇ ਦੇਖੋ ਕਿ ਹਾਈਲਸ ਬੈਂਡ ਦੀ ਜੇ ਮੈਂ ਗੱਲ ਕਰਾਂ 6 ਬੈਂਡ ਓਵਰਆਲ ਇੱਕ ਚ ਪੰਜ ਬੈਂਡ ਦੇ ਵੀ ਵੀਜ਼ਾ ਆ ਰਹੇ ਆ ਓਕੇ ਦੋ ਚ ਸਾਢੇ ਪੰਜ ਦੇ ਵੀ ਆ ਰਹੇ ਆ ਹੈਨਾ ਤੇ ਇਹ ਬਹੁਤ ਅੱਛਾ ਇਸ ਟਾਈਮ ਉਹ ਜਾ ਰਹੇ ਕਿਉਂਕਿ ਉਹਨਾਂ ਨੇ ਇਹ ਕਹਿਆ ਤਾਂ ਕੀ ਸਿਕਸ ਬੈਂਡ ਓਵਰਆਲ ਬਿਲਕੁਲ ਐਂਡ ਸੈਕੰਡ ਜਿਹੜੀ ਹੈ ਕਾਲੀ ਨਿਊਜ਼ ਆਈ ਹੈ ਜਿਹੜੀ ਹੈ ਡੇ ਬਿਫੋਰ ਯਸਟਰਡੇ ਕਿ ਕੁਝ ਵੀਜ਼ਾ ਜਿਹੜੇ ਇਹਨਾਂ ਨੇ ਪ੍ਰੋਸੈਸਿੰਗ ਸ਼ੁਰੂ ਕਰਤੀ ਹੈ ਜਿੱਦਾਂ ਵਿਜ਼ੀਟਰ ਵਾਲਾ ਸੀਗਾ ਮੈਡੀਕਲ ਵਾਲਾ ਸੀਗਾ ਜਿਹੜੇ ਮੈਡੀਕਲ ਟਰੀਟਮੈਂਟ ਲੈਣ ਜਾਂਦੇ ਆ ਬਿਜ਼ਨਸ ਵੀਜ਼ਾ ਐਦਾਂ ਦੇ ਕੁਝ ਵੀਜ਼ੇ ਦੀ ਪ੍ਰੋਸੈਸਿੰਗ ਜਿਹੜੀ ਹਜੇ ਰੁਕ ਗਈ ਸੀਗੀ ਉਹ ਸ਼ੁਰੂ ਕਰਤੀ ਆ ਪਰ ਸਟੂਡੈਂਟ ਦੇ ਤਾਂ ਚੱਲ ਹੀ ਰਹੀ ਐ ਉਹਦਾ ਤੇ ਕੋਈ ਕਿਧਰੇ ਸਟਾਪ ਲੱਗਿਆ ਨਹੀਂ ਐ ਸੈਕੰਡ ਮੈਂ ਇਹ ਅਪਡੇਟ ਦਵਾਂਗੀ ਜਿਹੜੇ ਵੀ ਸਟੂਡੈਂਟ ਸਾਡੇ ਥਰੂ ਅਪਲਾਈ ਕਰਦੇ ਆ ਕੈਨੇਡਾ ਦਾ ਸਟੱਡੀ ਵੀਜ਼ਾ ਉਹਨਾਂ ਦੇ ਪੇਰੈਂਟਸ ਜਦ ਵਿਜ਼ਿਟਰ ਵੀਜ਼ਾ ਅਪਲਾਈ ਕਰਦੇ ਆ ਸਾਡੀ ਬਹੁਤ ਸਪੈਸ਼ਲਾਈਜੇਸ਼ਨ ਐ ਅਸੀਂ ਇੰਨਾ ਟਾਈਮ ਕੰਮ ਕਰ ਚੁੱਕੇ ਆ ਉਹਨਾਂ ਦਾ ਵਿਜ਼ਿਟਰ ਵੀਜ਼ਾ ਦੇ ਨਾਂ ਬਰਾਬਰ ਚਾਂਸੇਸ ਆ ਮਤਲਬ ਰਿਜੈਕਟ ਹੋਣਦੇ ਹਮੇਸ਼ਾ ਅਸੀਂ ਪੋਜ਼ਿਟਿਵ ਰਿਜ਼ਲਟ ਦਿੰਦੇ ਆ। ਵੀ ਡੋਨਟ ਚਾਰਜ ਐਨੀਥਿੰਗ ਫ্রম ਦਾ ਪੇਰੈਂਟਸ ਕਿਉਂਕਿ ਉਹ ਸਾਡਾ ਇੱਕ ਪਰਿਵਾਰ ਦਾ ਹਿੱਸਾ ਹੋ ਜਾਂਦੇ ਆ ਤੇ ਪੇਰੈਂਟਸ ਵੀ ਉਹਨਾਂ ਦੇ ਸਾਡੇ ਥਰੂ ਅਪਲਾਈ ਕਰ ਸਕਦੇ ਜਨਾਨੇ ਸਾਡੇ ਥਰੂ ਕੈਨੇਡਾ ਦਾ ਸਟੱਡੀ ਵੀਜ਼ਾ ਅਪਲਾਈ ਕੀਤਾ ਹੋਇਆ जी ठीक है बिल्कुल सो आई होप के स्टूडेंट्स को कई चीज़ा क्लियर हो चुकी हैं सो so, टाइमली सही डिसीजन लेना आज अज टाइम जो बहुत जरूरी हो चुके हैं लगातार कनाडा दे जोड़े भी इनटेक ने फुल हों जा रहे गल कर रहे सी जनवरी इनटेक तो फुल हो चुके अगर मई भी हले विच ही देरी लगा दोगे तो वो भी आने वाले समय में जल्दी ही जो है फुल हो जाना सो so, सही गाइडेंस नाल अगे वो जरूर अपने कोर्स को लेकर जरूर पूरा ध्यान दो एस ओ पी पर पूरा ध्यान दो पूरे के प्रोसैसर सही ਚੰਗੇ ਕੰਸਲਟੈਂਟ ਦੀ ਸਲਾਹ ਦੇ ਨਾਲ ਅੱਗੇ ਵਧੋ ਅਗਰ ਤੁਸੀਂ ਮੈਮ ਨੂੰ ਮਿਲਣਾ ਚਾਹੁੰਦੇ ਹੋ ਉਹਨਾਂ ਦੀ ਗਾਈਡੈਂਸ ਦੇ ਨਾਲ ਅੱਗੋ ਆਪਣਾ ਪ੍ਰੋਸੈਸ ਕੰਪਲੀਟ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਜਿਹੜਾ ਨੈਵੀਗੇਟਰਜ਼ ਆਫ ਨੈਵੀਗੇਟਰਜ਼ ਓਵਰਸੀਜ਼ ਆਫਿਸ ਹੈ ਉੱਥੇ ਤੁਸੀਂ ਆਪਣੇ ਡਾਕੂਮੈਂਟਸ ਦੇ ਨਾਲ ਵਿਜ਼ਿਟ ਕਰੋ ਔਰ ਅਸੈਸਮੈਂਟ ਕਰਵਾਉਣ ਤੋਂ ਬਾਅਦ ਪੂਰੀ ਗਾਈਡੈਂਸ ਦੇ ਨਾਲ ਸਹੀ ਆਪਸ਼ਨਸ ਦੇ ਨਾਲ ਅੱਗੇ ਵਧੋ ਸੋ ਨੰਬਰ ਵੀ ਲਗਾਤਾਰ ਡਿਸਪਲੇ ਐਜ਼ ਆਫਰ ਕਾਲ ਕਰਕੇ ਵੀ ਤੁਸੀਂ ਹੋਰ ਜਾਣਕਾਰੀ ਜ਼ਰੂਰ ਲੈ ਸਕਦੇ ਹੋ ਬਹੁਤ ਬਹੁਤ ਥੈਂਕਸ ਮੈਮ ਅੱਜ ਤੁਸੀਂ ਸਟੂਡੈਂਟਸ ਨੂੰ ਬਹੁਤ ਚੰਗੇ ਢੰਗ ਨਾਲ ਸਮਝਾਈਆਂ ਨੇ ਚੀਜ਼ਾਂ ਕੈਨੇਡਾ ਸਾਰੇ ਨਾ ਕਮੈਂਟ ਸੈਕਸ਼ਨ ਦੇ ਜ਼ਰੀਏ ਵੀ ਜ਼ਰੂਰ ਸਾਂਝੇ ਕਰ ਸਕਦੇ ਨੇ ਅੱਗੋਂ ਵੀ ਅਸੀਂ ਤੁਹਾਡੇ ਲਈ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਉਂਦੇ ਰਵਾਂਗੇ ਫਿਲਹਾਲ ਲਈ ਸਾਨੂੰ ਦਿਓ ਜੀ ਇਜਾਜ਼ਤ ਥੈਂਕ ਯੂ ਸੋ ਮੱਚ ਥੈਂਕ ਯੂ